ਦਾਖਲ ਕੀਤੀ ਹੈ। ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਡਿਮਾਂਡ ਇਸ ਪਟੀਸ਼ਨ 'ਚ ਕੀਤੀ ਗਈ ਹੈ। ਨਾਮਜ਼ਦਗੀ ਦੇ ਲਈ 3 ਦਿਨ ਵੱਧ ਸਮਾਂ ਦੇਣ 'ਤੇ ਕਈ ਤਰ੍ਹਾਂ ਦੇ ਸਵਾਲ ਜੋ ਨੇ ਇਸ ਪਟੀਸ਼ਨ 'ਚ ਚੁੱਕੇ ਗਏ ਨੇ। ਨੋ ਡਿਊ ਸਰਟੀਫਿਕੇਟ ਦੇ ਲਈ ਜਾਰੀ ਲੈਟਰ ਨੂੰ ਵੀ ਚੁਣੌਤੀ ਯਾਨੀ ਕਿ ਚੈਲੰਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੀਤਾ ਗਿਆ ਹੈ। ਰਾਖਵੇਕਰਨ 'ਤੇ ਵੀ ਪਟੀਸ਼ਨ 'ਚ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਖੜੇ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਜਲਦਬਾਜ਼ੀ 'ਚ ਆ ਜਾਰੀ ਕੀਤਾ ਗਿਆ ਹੈ ਚੋਣਾਂ ਦਾ ਨੋਟੀਫਿਕੇਸ਼ਨ। ਇਸ ਗੱਲ ਦਾ ਜ਼ਿਕਰ ਜੋ ਹੈ ਇਸ ਜੋ ਹੈ ਪਟੀਸ਼ਨ 'ਚ ਕੀਤਾ ਗਿਆ। ਪਟੀਸ਼ਨ 'ਤੇ ਕੱਲ੍ਹ ਪੰਜਾਬ ਹਰਿਆਣਾ ਹਾਈ ਕੋਰਟ ਜਵਾਬ ਦੇਗਾ। ਪੰਜਾਬ 'ਚ 4 ਅਕਤੂਬਰ ਤੱਕ ਨਾਮਜ਼ਦਗੀਆਂ ਦੇ ਲਈ ਸਮਾਂ ਹੈ ਅਤੇ 15 ਅਕਤੂਬਰ ਨੂੰ ਵੋਟਿੰਗ ਜੋ ਹੈ ਉਹ ਹੋਣਗੀ। ਸਟੇਟ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਹਾਲ ਹੀ 'ਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਪੰਚਾਇਤੀ ਚੋਣਾਂ ਦੇ ਬਾਬਤ ਕੀਤਾ ਗਿਆ ਸੀ। 27 ਸਪਟੰਬਰ ਤੋਂ ਲੈ ਕੇ 4 ਅਕਤੂਬਰ ਤੱਕ ਜੋ ਨੋਮੀਨੇਸ਼ਨ ਪੇਪਰਸ ਫਾਈਲ ਕਰਨ ਦੀ ਤਰੀਕ ਹੈ। 5 ਅਕਤੂਬਰ ਨੂੰ ਸਕਰੂਟਨੀ ਹੋਏਗੀ। 7 ਤਰੀਕ ਨੂੰ ਵਿਦਡਰਾਅਲ ਆਫ ਨੋਮੀਨੇਸ਼ਨ ਪੇਪਰਸ ਨੇ। 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਅਤੇ ਉਸੇ ਦਿਨ ਸ਼ਾਮ ਤੱਕ ਜੋ ਨਤੀਜੇ ਨੇ ਉਹ ਐਲਾਨੇ ਜਾਣਗੇ। ਪਰ ਸਭ ਦੇ ਵਿਚਾਲੇ ਹੁਣ ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਜੋ ਹੈ ਇਸ ਪਟੀਸ਼ਨ 'ਚ ਕੁਲਜਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ। ਹੋਰ ਵੀ ਕਈ ਗੱਲਾਂ ਦਾ ਜੋ ਜ਼ਿਕਰ ਹੈ ਇਸ ਪਟੀਸ਼ਨ 'ਚ ਕੀਤਾ ਗਿਆ। ਜ਼ਿਕਰ ਹੈ ਕਿ ਨੋਮੀਨੇਸ਼ਨ ਪੇਪਰਸ ਫਾਈਲ ਹੋਣੇ ਸ਼ੁਰੂ ਹੋ ਚੁੱਕੇ ਨੇ, ਜਿਸ ਨੂੰ ਲੈ ਕੇ ਜੋ ਵਿਰੋਧੀ ਨੇ ਲਗਾਤਾਰ ਹਮਲਾਵਰ ਨੇ ਕਈ ਤਰੀਕਿਆਂ ਦੀਆਂ ਜੋ ਕਿਹਾ ਗਿਆ ਹੈ ਇਸ 'ਚ ਖਾਮੀਆਂ ਵਿਰੋਧੀਆਂ ਕਿਤੇ ਨਾ ਕਿਤੇ ਜੋ ਗਿਣਵਾਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲ ਹੀ 'ਚ ਅਸੀਂ ਦੇਖਿਆ ਸੀ ਕਿ CLP ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਗਏ ਸੀ। ਹਾਲਾਂਕਿ ਕਈ ਜੋ ਨੁਕਤਾਚੀਨੀਆਂ ਸੀ ਉਸ ਬਾਬਤ ਜੋ ਜ਼ਿਕਰ ਕਰਦੇ ਹੋਏ ਨਜ਼ਰ ਆਏ ਸੀ ਅਤੇ ਮੰਗ ਕੀਤੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਜੋ ਸਾਰੀਆਂ ਖਾਮੀਆਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਦਰੁਸਤ ਕੀਤਾ ਜਾਏ। ਅਤੇ ਹੁਣ ਪੰਚਾਇਤੀ ਚੋਣਾਂ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ। ਚੰਡੀਗੜ੍ਹ ਦੇ ਕੁਲਜਿੰਦਰ ਸਿੰਘ ਨੇ ਜਿਨ੍ਹਾਂ ਨੇ ਇਸ ਬਾਬਤ ਇੱਕ ਪਟੀਸ਼ਨ ਪਾਈ ਗਈ ਹੈ, ਚੈਲੰਜ ਕੀਤਾ ਗਿਆ ਨੋਲ ਚੋਣਾਂ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਇਸ ਪਟੀਸ਼ਨ 'ਚ ਕੀਤੀ ਗਈ ਹੈ। ਨਾਲ ਹੀ ਨਾਮਜ਼ਦਗੀ ਦੇ ਲਈ ਨੋਮੀਨੇਸ਼ਨ ਦੇ ਲਈ 3 ਦਿਨ ਵੱਧ ਸਮਾਂ ਦੇਣ 'ਤੇ ਕਈ ਤਰ੍ਹਾਂ ਦੇ ਸਵਾਲ ਨਿਸ਼ਾਨ ਜੋ ਨੇ ਖੜੇ ਕੀਤੇ ਗਏ ਨੇ। ਰਾਖਵੇਂ ਕਰਨ 'ਤੇ ਵੀ ਪਟੀਸ਼ਨ 'ਚ ਕਈ ਤਰ੍ਹਾਂ ਦੇ ਜੋ ਸਵਾਲ ਨੇ ਇਸ ਪਟੀਸ਼ਨ 'ਚ ਚੁੱਕੇ ਗਏ ਨੇ। ਜਲਦਬਾਜ਼ੀ 'ਚ ਆ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਕੁਲਜਿੰਦਰ ਸਿੰਘ ਜੋ ਚੰਡੀਗੜ੍ਹ ਦੇ ਨਿਵਾਸੀ ਨੇ, ਉਹਨਾਂ ਦੇ ਵੱਲੋਂ ਇੱਕ PIL ਪਬਲਿਕ ਇੰਟਰਸਟ ਲਿਟੀਗੇਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਾਖਲ ਕੀਤੀ ਗਈ ਹੈ। ਪਟੀਸ਼ਨ 'ਤੇ ਕੱਲ੍ਹ ਪੰਜਾਬ ਸਰਕਾਰ ਦੇ ਵੱਲੋਂ ਜੋ ਜਵਾਬ ਹੈ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਾਖਲ ਕੀਤਾ ਜਾਏਗਾ। ਅਤੇ ਵੇਖਣਾ ਹੋਏਗਾ ਕਿ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜੋ ਇਸ ਪੂਰੇ ਮਾਮਲੇ ਲੈ ਕੇ ਸੁਣਵਾਈ ਹੁੰਦੀ ਹੈ, ਪੰਜਾਬ ਸਰਕਾਰ ਕੀ ਕੁਝ ਜਵਾਬ ਕੱਲ੍ਹ ਦਾਖਲ ਕਰਦੀ। ਮੇਰੇ ਨਾਲ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਫੋਨ ਲਾਈਨ 'ਤੇ ਜੁੜੇ ਹੋਏ ਨੇ। ਗੌਰਵ, ਚੰਡੀਗੜ੍ਹ ਦੇ ਇੱਕ ਕੁਲਜਿੰਦਰ ਸਿੰਘ ਦੇ ਵੱਲੋਂ PIL ਪੰਚਾਇਤੀ ਚੋਣਾਂ ਨੂੰ ਲੈ ਕੇ ਪਾਈ ਗਈ ਹੈ, ਕੀ ਕੁਝ ਆਊਟਕਮ ਇਸ ਦਾ ਹੋ ਸਕਦਾ ਹੈ? ਦੇਖੋ ਸਰ, ਪਹਿਲਾਂ ਤਾਂ ਇਹ ਸਮਝਣਾ ਹੋਏਗਾ ਕਿ ਇਹ ਪਟੀਸ਼ਨ ਕਿਉਂ ਪਾਈ ਗਈ ਹੈ। ਜਿਹੜੇ ਇਲੈਕਸ਼ਨ ਹੁੰਦੇ ਆ ਉਹਦਾ ਪੂਰਾ ਪ੍ਰੋਟੋਕੋਲ ਹੁੰਦਾ ਕਿ ਕਿੰਨੇ ਇਲੈਕਸ਼ਨ, ਕਿਹੜੇ ਇਲੈਕਸ਼ਨ ਦੇ ਵਿੱਚ ਕਿੰਨਾ ਟਾਈਮ ਦਿੱਤਾ ਜਾਏਗਾ, ਕਿਸ ਤਰੀਕੇ ਨਾਲ, ਜਿਵੇਂ ਇਲੈਕਸ਼ਨ ਦੇ ਵਿੱਚ ਕਿੰਨਾ ਤੁਸੀਂ ਖਰਚ ਕਰ ਸਕਦੇ ਹੋ, ਕਿਸ ਤਰੀਕੇ ਨਾਲ ਇਲੈਕਸ਼ਨ ਹੋਏਗਾ, ਸਾਰਾ ਪ੍ਰੋਟੋਕੋਲ ਹੈ। ਉਸ ਤਰੀਕੇ ਨਾਲ ਇੱਕ ਪ੍ਰੋਟੋਕੋਲ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਕਿੰਨਾ ਟਾਈਮ ਦਿੱਤਾ ਜਾਏਗਾ ਨੋਮੀਨੇਸ਼ਨਸ ਲਈ। ਜਿਹੜਾ ਸਰਪੰਚੀ ਦਾ ਇਲੈਕਸ਼ਨ ਹੈ ਉਸਦੇ ਲਈ 5 ਦਿਨ ਦਾ ਟਾਈਮ ਦਿੱਤਾ ਜਾਂਦਾ ਕਿ 5 ਦਿਨ ਦਿੱਤੇ ਜਾਣਗੇ ਜਿਸ ਦਿਨ ਸਟਾਰਟ ਹੋ ਰਿਹਾ ਹੈ ਨੋਮੀਨੇਸ਼ਨ ਦਾ ਸਿਲਸਿਲਾ, ਉਸ ਤੋਂ ਠੀਕ 5 ਦਿਨ ਟੋਟਲ ਹੋਣਗੇ ਜਿਸ ਦੇ ਵਿੱਚ ਨੋਮੀਨੇਸ਼ਨ ਕੀਤਾ ਜਾ ਸਕੇਗਾ। ਪਰ ਇਸ ਵਾਰੇ 8 ਦਿੱਤੇ ਗਏ ਨੇ। ਇਸ ਵਾਰੀ 27 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੋਈ ਹੈ। 27, 28, 29, 30 ਇਹ ਸਤੰਬਰ ਦੇ 4 ਦਿਨ ਹੋ ਗਏ, ਇਸ ਤੋਂ ਬਾਅਦ 1, 2, 3 ਤੇ 4 ਇਹ 4 ਦਿਨ ਹੋ ਗਏ, ਮਤਲਬ ਟੋਟਲ 8 ਦਿਨ ਦਿੱਤੇ ਗਏ ਨੇ। ਔਰ ਕਾਬਲੇ ਗੌਰ ਹੈ ਕਿ ਜਿਹੜੀ ਅਨਾਊਂਸਮੈਂਟ ਹੋਈ ਸੀ ਇਲੈਕਸ਼ਨ ਦੀ ਉਹ 25th ਨੂੰ ਹੋਈ ਸੀ, ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਗਈ। ਹੁਣ ਪੁਆਇੰਟ ਅਗਲਾ ਇਹ ਹੈ ਕਿ ਕਿਉਂਕਿ ਇਹਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ 28 ਤੇ 29 ਦਾ ਸੈਟਰਡੇ ਤੇ ਸੰਡੇ ਆ ਗਿਆ, ਉਸ ਤੋਂ ਬਾਅਦ 2 ਅਕਤੂਬਰ ਦਾ ਆ ਗਿਆ ਤੁਹਾਡੇ ਕੋਲ ਗਾਂਧੀ ਜਯੰਤੀ, ਇਸ ਕਰਕੇ 3 ਛੁੱਟੀਆਂ ਹੋ ਗਈਆਂ ਨਾ 8 ਦਿਨਾਂ ਦੇ ਵਿੱਚ, ਤਾਂ ਟੋਟਲ ਪਿੱਛੇ 5 ਦਿਨ ਹੋ ਗਏ, ਇੱਕ ਤਰਕ ਦਿੱਤਾ ਜਾ ਸਕਦਾ।
ਪਰ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਨਾਊਂਸਮੈਂਟ ਕੀਤੀ ਜਾਂਦੀ ਹੈ ਤਾਂ ਜੇ ਗਜ਼ਟਡ ਹੋਲੀਡੇਜ਼ ਆਣ ਜਾਂ ਫਿਰ ਵਿੱਚ ਕੋਈ ਸੈਟਰਡੇ ਸੰਡੇ ਵਾਲੀ ਛੁੱਟੀ ਆਵੇ ਉਸਨੂੰ ਵੀ ਕਾਊਂਟ ਕੀਤਾ ਜਾਂਦਾ ਹੈ। ਮੈਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਤੁਹਾਨੂੰ ਦੱਸਦਾ ਕਿ 2018 ਦੇ ਵਿੱਚ ਇਲੈਕਸ਼ਨ ਹੋਏ ਸੀ, ਜੇ ਅਸੀਂ ਜ਼ਿਕਰ ਕਰੀਏ ਲਾਸਟ ਟਾਈਮ ਜਦੋਂ ਇਲੈਕਸ਼ਨ ਹੋਏ ਨੇ ਤਾਂ ਉਸ ਸਮੇਂ ਦਸੰਬਰ ਦੇ ਵਿੱਚ ਇਲੈਕਸ਼ਨ ਹੋਏ ਸੀ ਔਰ ਦਸੰਬਰ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਉਦੋਂ ਵੀ 5 ਦਿਨ ਦਾ ਹੀ ਸਮਾਂ ਦਿੱਤਾ ਗਿਆ ਸੀ ਕਿ 5 ਦਿਨ ਤੁਸੀਂ ਨੋਮੀਨੇਸ਼ਨ ਫਾਈਲ ਕਰ ਸਕਦੇ ਹੋ। ਔਰ 5 ਦਿਨ ਕਦੋਂ ਸ਼ੁਰੂ ਹੋਏ ਸੀ? 15, 16, 17, 19 ਦਸੰਬਰ, ਇਹ 5 ਦਿਨ ਸੀ। ਸਰ ਦੇਖੋ ਇਸ ਦੇ ਵਿੱਚ ਹੋਰ ਇੰਪੋਰਟੈਂਟ ਗੱਲ ਕੀ ਹੈ ਕਿ ਜਿਹੜੇ ਨੋਮੀਨੇਸ਼ਨ ਦਾ ਪਹਿਲਾ ਦਿਨ ਸੀ 2018 ਦੇ ਵਿੱਚ ਸੀ ਉਹ ਸ਼ਨੀਵਾਰ ਦਾ ਦਿਨ ਸੀ, ਸ਼ਨੀਵਾਰ ਨੂੰ 15 ਦਸੰਬਰ ਸੀ, ਐਤਵਾਰ ਨੂੰ 16 ਦਸੰਬਰ ਸੀ, 17, 18, 19 ਸੋਮ, ਮੰਗਲ, ਬੁੱਧ। ਯਾਨੀ ਕਿ ਜੇ ਕੋਈ ਤਰਕ ਦਿੱਤਾ ਜਾਂਦਾ ਹੁਣ ਇਸ ਪਟੀਸ਼ਨ ਦੇ ਉੱਤੇ ਕਿ ਤੁਸੀਂ 3 ਛੁੱਟੀਆਂ ਵਿੱਚ ਹੈਗੇ, ਇਹਨਾਂ ਨੇ ਸੈਟਰਡੇ ਸੰਡੇ ਅਤੇ 1-2 ਅਕਤੂਬਰ ਦੀ, ਇਸ ਕਰਕੇ ਅਸੀਂ 8 ਦਿਨ ਦੇ ਦਿੱਤੇ ਤਾਂ ਟੋਟਲ ਪਿੱਛੇ 5 ਦਿਨ ਹੀ ਬਚੇ ਨੇ, ਇੱਕ ਤਰਕ ਹੋ ਸਕਦਾ ਹੈ। ਪਰ ਜਦੋਂ ਇਸ ਤੋਂ ਪਹਿਲਾਂ ਇਲੈਕਸ਼ਨ ਅਨਾਊਂਸਮੈਂਟ ਕੀਤੇ ਜਾਂਦੇ ਨੇ ਤਾਂ ਟੋਟਲ ਜਿਹੜਾ ਨੰਬਰ ਹੈ ਡੇਜ਼ ਦਾ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਉਹ ਫਿਕਸ ਹੁੰਦਾ, ਉਸ ਦੇ ਵਿੱਚ ਕੋਈ ਗਜ਼ਟਡ ਹੋਲੀਡੇ ਆ ਰਿਹਾ, ਉਸ ਦੇ ਵਿੱਚ ਕੋਈ ਕੋਈ ਸੈਟਰਡੇ ਸੰਡੇ ਆ ਰਿਹਾ ਤਾਂ ਉਹ ਸਿੱਧੇ ਕਾਊਂਟ ਹੋਣਗੇ। ਜਿਵੇਂ ਮੈਂ ਤੁਹਾਨੂੰ 2018 ਦਾ ਇੱਕ ਐਗਜ਼ਾਮਪਲ ਦਿੱਤਾ ਕਿ ਉਸ ਸਮੇਂ ਵੀ 5 ਦਿਨ ਹੀ ਨੋਮੀਨੇਸ਼ਨ ਹੋਈ ਸੀ, 15 ਤੋਂ ਲੈ ਕੇ 19 ਤਰੀਕ ਤੱਕ। ਹੁਣ ਗੱਲ ਇਹ ਕਿ ਇਸ ਤੋਂ ਆਧਾਰ ਬਣਾ ਕੇ ਹੋ ਸਕਦਾ ਕਿ ਚੁੱਕਿਆ ਜਾਵੇ। ਜਿਹੜਾ ਹੁਣ ਮੈਂ ਗੱਲ ਕਰਾਂ ਕਿ 25 ਤਰੀਕ ਨੂੰ ਜਦੋਂ ਪ੍ਰੈਸ ਕਾਨਫਰੰਸ ਕਰਕੇ ਅਨਾਊਂਸਮੈਂਟ ਕੀਤੀ ਗਈ ਕਿ ਪੰਜਾਬ ਦੇ ਵਿੱਚ ਪੇਂਡੂ ਇਲੈਕਸ਼ਨ, ਪੰਚਾਇਤੀ ਇਲੈਕਸ਼ਨ ਹੋਣ ਜਾ ਰਹੇ ਨੇ 15 ਅਕਤੂਬਰ ਨੂੰ, ਤਾਂ ਉਸ ਪ੍ਰੈਸ ਨੋਟ ਦੇ ਵਿੱਚ ਬਕਾਇਦਾ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੀ 28 ਤਰੀਕ ਹੈ ਸ਼ਨੀਵਾਰ ਦੀ ਉਸ ਦਿਨ ਛੁੱਟੀ ਹੈ, ਇਸ ਕਰਕੇ ਉਸ ਦਿਨ ਨਹੀਂ ਹੋਏਗਾ ਨੋਮੀਨੇਸ਼ਨ ਵਾਲਾ ਦਿਨ, ਤਾਂ ਬਹੁਤ ਕਲੀਅਰ ਸੀ। ਤਾਂ ਸ਼ਨੀਵਾਰ ਐਤਵਾਰ ਦੇ 2 ਅਕਤੂਬਰ 3 ਦਿਨ ਨਿਕਲ ਗਏ, ਹੁਣ ਪਿੱਛੇ 5 ਹੈ। ਹੁਣ ਗੱਲ ਹੈ ਕਿ ਅਦਾਲਤ ਇਸ ਦੇ ਉੱਤੇ ਕੀ ਨੋਟਿਸ ਲੈਂਦਾ ਹੈ। ਹੁਣ ਇਹਦੇ ਵਿੱਚ ਦੂਜਾ ਪੁਆਇੰਟ ਹੈ ਜਿਹੜੀ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਜਲਦਬਾਜ਼ੀ ਦੇ ਵਿੱਚ ਇਲੈਕਸ਼ਨ ਕਰਵਾ ਦਿੱਤੇ, ਤਾਂ ਜਲਦਬਾਜ਼ੀ ਦੇ ਵਿੱਚ ਜੇ ਇਲੈਕਸ਼ਨ ਕਰਵਾਏ ਨਹੀਂ ਤਾਂ ਫਿਰ ਉਹ 8 ਦਿਨ ਦੀ ਜਗ੍ਹਾ ਜੇ 5 ਦਿਨ ਦਿੱਤੇ ਹੁੰਦੇ ਫਿਰ ਉੱਥੇ ਨਾ ਹੁੰਦਾ ਤਾਂ ਉਹਦੇ ਪਰ ਵੀ ਹੋ ਸਕਦਾ ਸਵਾਲ ਚੁੱਕੇ ਜਾਂਦੇ। ਹੁਣ ਅਗਲਾ ਪੁਆਇੰਟ ਇਹ ਹੈ ਕਿ ਜਿਹੜਾ ਪਹਿਲੇ ਦਿਨ ਤੋਂ ਸਵਾਲ ਚੁੱਕਦੇ ਆਏ ਨੇ, ਜਿਸ ਦਿਨ 25 ਤਰੀਕ ਨੂੰ ਅਨਾਊਂਸਮੈਂਟ ਹੁੰਦੀ ਹੈ ਉਸ ਦਿਨ ਸ਼ਾਮ ਨੂੰ ਹੀ ਰੌਲਾ ਪੈਣਾ ਇਸ ਗੱਲ ਦਾ ਸ਼ੁਰੂ ਹੋ ਗਿਆ ਕਿ ਜਿਹੜੇ ਪਿੰਡਾਂ ਨੂੰ ਰਿਜ਼ਰਵ ਕੀਤਾ ਗਿਆ, ਕਿਉਂਕਿ ਪਿੰਡਾਂ ਦੇ ਵਿੱਚ ਕੌਣ ਕਿਹੜੇ ਪਿੰਡ ਦੇ ਵਿੱਚ ਸਰਪੰਚ ਰਿਜ਼ਰਵ ਕੈਟਾਗਰੀ ਦਾ ਹੋਏਗਾ, ਕਿਹੜੇ ਪਿੰਡ ਦੇ ਵਿੱਚ ਮਹਿਲਾ ਸਰਪੰਚ ਹੋਣਗੇ ਤਾਂ ਉਹ ਰਿਜ਼ਰਵ ਹੁੰਦਾ, ਉਸ ਦੀ ਲਿਸਟ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਸੀ, ਤਾਂ ਉਹ ਵੀ ਪਟੀਸ਼ਨ ਦੇ ਵਿੱਚ ਪਾਇਆ ਗਿਆ। ਇੱਕ ਹੋਰ ਬਹੁਤ ਇੰਪੋਰਟੈਂਟ ਹੈ, ਨੋ ਡਿਊ ਸਰਟੀਫਿਕੇਟ, ਯਾਨੀ ਕਿ ਜਿਹੜੇ NOC ਲੈਣੇ ਹੁੰਦੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ। ਬਹੁਤ ਸਾਰੇ NOC ਤੁਹਾਨੂੰ ਆਪਣੀ ਨੋਮੀਨੇਸ਼ਨ ਪੇਪਰਸ ਦੇ ਨਾਲ ਫਾਈਲ ਕਰਨੇ ਪੈਂਦੇ ਨੇ, ਜਿਵੇਂ ਤੁਸੀਂ ਹਾਊਸ ਟੈਕਸ ਭਰਿਆ ਕਿ ਨਹੀਂ, ਜਿਹਨੂੰ ਚੁੱਲ੍ਹਾ ਟੈਕਸ ਵੀ ਕਹਿੰਦੇ ਆ, ਉਸ ਤੋਂ ਬਾਅਦ ਬਿਜਲੀ ਦਾ ਬਿੱਲ ਕੋਈ ਬਕਾਇਆ ਨਾ ਹੋਵੇ, ਪਾਣੀ ਸੀਵਰੇਜ ਦਾ ਕੋਈ ਬਿੱਲ ਬਕਾਇਆ ਨਾ ਹੋਵੇ, ਹੋਰ ਬਹੁਤ ਸਾਰੀਆਂ ਗੱਲਾਂ ਨੇ, ਉਹ ਸਾਰੇ ਸਰਟੀਫਿਕੇਟ ਦੇਣੇ ਹੁੰਦੇ ਨੇ, ਤਾਂ ਉਹਨਾਂ ਨੂੰ ਲੈ ਕੇ ਵੀ ਕਿਹਾ ਗਿਆ ਕਿ ਜਿਹੜੇ ਨੋ ਡਿਊ ਸਰਟੀਫਿਕੇਟ ਹੈ ਉਸਨੂੰ ਵੀ ਇੱਕ ਤਰੀਕੇ ਨਾਲ ਚੈਲੰਜ ਕੀਤਾ ਗਿਆ। ਤਾਂ ਕੁੱਲ ਮਿਲਾ ਕੇ ਆਧਾਰ ਉਹੀ ਹੈ ਕਿ 5 ਦਿਨ ਦਾ ਸਮਾਂ ਹੁੰਦਾ, ਤੁਸੀਂ 8 ਦਿਨ ਦਾ ਦਿੱਤਾ, 8 ਦਿਨ ਦੇ ਵਿਚਾਲੇ 3 ਛੁੱਟੀਆਂ ਨੇ, ਹੁਣ ਉਸਦੇ ਉੱਪਰ ਅਦਾਲਤ ਉਸਨੂੰ ਕੰਸੀਡਰ ਕਰਦੀ ਹੈ ਨਹੀਂ ਕਰਦੀ, ਹਾਲਾਂਕਿ ਉਹ ਵੀ ਪਹਿਲਾਂ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਗੌਰਵ ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਤੇ ਤਰਕਾ ਦਿੱਤਾ ਗਿਆ ਕਿ ਆਮੂਮਨ ਅਸੀਂ ਵੇਖਦੇ ਹਾਂ ਕਿ 5 ਦਿਨ ਜੋ ਨੇ ਨੋਮੀਨੇਸ਼ਨ ਆਫ ਪੇਪਰਸ ਫਾਈਲ ਕਰਨ ਲਈ ਦਿੱਤੇ ਜਾਂਦੇ ਨੇ, ਪਰ ਇਹਨਾਂ ਪੰਚਾਇਤੀ ਚੋਣਾਂ 'ਚ 8 ਦਿਨ ਦਿੱਤੇ ਹਨ। ਅਤੇ ਕੱਲ੍ਹ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ 'ਚ ਜਵਾਬ ਦਾਖਲ ਕਰਨਾ ਹੈ ਅਤੇ ਵੇਖਣਾ ਹੋਏਗਾ ਕਿ ਕੁਛ ਜੋ ਜਵਾਬ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਪਟੀਸ਼ਨ ਦੇ ਬਾਬਤ ਜੋ ਹੈ ਉਹ ਕੋਰਟ 'ਚ ਪੇਸ਼ ਕੀਤਾ ਜਾਂਦਾ।